ਦਾ ਇੱਕ ਗਲਾਸ ਪਾਣੀ ਦਾ ਪੀਣ ਲਈ ਸਾਨੂੰ 3 ਗਲਾਸ ਪਾਣੀ ਵੇਸਟ ਕਰਨੇ ਪੈਂਦੇ ਆ ਨੋਰਮਲ ਘਰਾਂ ਦੇ ਵਿੱਚ ਇੱਥੇ ਫੈਮਿਲੀ ਦੇ ਇੱਕ ਅਸੀਂ ਕੈਲਕੂਲੇਸ਼ਨ ਲਗਾਈ ਹੋਈ ਹੈ ਕਿ 100 ਲੀਟਰ ਪਾਣੀ ਵੇਸਟ ਹੁੰਦਾ ਹੈ ਫਿਲਟਰ ਸਿਰਫ ਫਿਲਟਰ ਦੇ ਨਾਲ ਮੱਲ ਲੱਗ ਲਗਾਣੇ ਬੰਦ ਕਰ ਤੇ ਮੈਨੂੰ ਲੱਗਿਆ ਕਿ ਕੁਦਰਤ ਦੀ ਚੀਜ਼ਾਂ ਨੂੰ ਪਛਾਣਨਾ ਜ਼ਰੂਰੀ ਹੈ ਦਾਨ ਕਰਨਾ ਇੰਨਾ ਜ਼ਰੂਰੀ ਨਹੀਂ ਲੱਗ ਲਾਣੇ ਜ਼ਰੂਰੀ ਨਹੀਂ ਜਿਹੜੀ ਕੁਦਰਤ ਸਾਨੂੰ ਫ੍ਰੀ ਚੀਜ਼ਾਂ ਦੇ ਰਿਹਾ ਉਸ ਚੀਜ਼ ਨੂੰ ਮਾਨ ਦੇਣਾ ਜ਼ਰੂਰੀ ਹੈ ਜੋ ਡੋਨੇਟ ਕਰਦਾ ਸੀ ਮੈਂ ਇਸ ਚੀਜ਼ ਦੇ ਉੱਤੇ ਲਗਾਉਣਾ ਸ਼ੁਰੂ ਕਰਤਾ ਤੇ ਆਹ ਜਿਹੜਾ ਸਿਸਟਮ ਹੈ ਅੱਜ ਤੱਕ ਮੈਂ 92 ਬਿਸਸ ਲਗਾ ਚੁੱਕਾ ਹਾਂ 200 ਲੀਟਰ ਵਾਲੀਆਂ ਗੱਲਾਂ ਹੁੰਦੀਆਂ ਸੀ ਕਿ ਹੁਣ ਮੈਨੂੰ ਆਪ ਨੂੰ ਬੜਾ ਫਕਰ ਮਹਿਸੂਸ ਹੁੰਦਾ ਕਿ ਮੈਂ 2 ਕਰੋੜ ਲੀਟਰ ਤੇ ਪਹੁੰਚ ਗਿਆ ਔਰ ਸ਼ਾਇਦ ਆਹ ਸਿਸਟਮ ਜਿਹੜੇ ਮੈਂ ਅੱਜ ਤੱਕ ਲਗਾਏ ਆ ਉਹ ਕਦੀ ਖਰਾਬ ਤਾਂ ਹੋਣੇ ਨਹੀਂ ਉਹਦੀ 20 ਸਾਲ ਵੀ ਅਗਰ ਇੱਕ ਲਾਈਫ ਲਗਾਈਏ ਤਾਂ 2 ਕਰੋੜ ਲੀਟਰ ਦਾ 20 ਕਰੋੜ ਲੀਟਰ ਹੋਣ ਨੂੰ ਟਾਈਮ ਨਹੀਂ ਲੱਗੂਗਾ ਕਿਉਂਕਿ ਉਹ ਤਾਂ ਰੋਜ਼ ਰੋਜ਼ ਚੱਲਦੀ ਜਾ ਰਹੀ ਹੈ ਅਵੀਰ ਹੈ ਇਸ ਨੂੰ ਲੈ ਕੇ ਜਾ ਫਿਰ ਤੁਸੀਂ ਕਿਵੇਂ ਵੀਰ ਕਰਦੇ ਹੋ ਲੋਕਾਂ ਦਾ। ਸਾਰਾ ਆਪ ਦੇ ਕੋਲੋਂ ਕਰਦੇ ਹੋ ਕਰੀਬ 2000 ਰੁਪਏ ਲੱਗ ਜਾਂਦਾ ਹੈ ਇੱਕ ਟੈਂਕੀ ਨੂੰ ਇੰਸਟਾਲ ਕਰਨ ਦੇ ਲਈ ਤਾਂ ਫਿਰ ਇਹ ਪੈਸੇ ਸਾਰੇ ਤੁਸੀਂ ਆਪ ਦੀ ਜੇਬ ਚੋਂ ਖਰਚ ਕਰਦੇ ਹੋ ਜਾਂ ਫਿਰ ਤੁਹਾਡੀ ਐਨਜੀਓ ਲਈ ਜਾਂ ਫਿਰ ਕੋਈ ਡੋਨੇਟ ਵਗੈਰਾ ਕਿਸ ਤਰ੍ਹਾਂ ਦਾ ਸਿਸਟਮ ਚੱਲਦਾ ਰਿਹਾ। ਦੈਲਿੰਗਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਮਨ ਸਿੰਘ ਦਿਗਪਾਲ ਅੱਜ ਜਿਹੜੀ ਖਬਰ ਦੇ ਨਾਲ ਤੁਹਾਨੂੰ ਰੂਬਰੂ ਕਰਾ ਰਹੇ ਆ ਸਾਡੇ ਸਾਰਿਆਂ ਲਈ ਖਬਰ ਇਹ ਦੇਖਣੀ ਤੇ ਜਾਣਨੀ ਬਹੁਤ ਲਾਜ਼ਮੀ ਹੈ ਕਿਉਂਕਿ ਅਕਸਰ ਜੇਕਰ ਗੱਲ ਕਰੀਏ ਤਾਂ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਪਾਣੀਆਂ ਦਾ ਪਾਣੀ ਹੈ ਜਿਹੜਾ ਕਿ ਲਗਾਤਾਰ ਘਟ ਰਿਹਾ ਹੈ ਚਾਹੇ ਉਹ ਦਰਿਆਵਾਂ ਦੇ ਪਾਣੀ ਦੀ ਗੱਲ ਕਰੀਏ ਜਾਂ ਫਿਰ ਜ਼ਮੀਨ ਦੇ ਥੱਲੇ ਦੇ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਨੂੰ ਲੈ ਕੇ ਜਿੱਥੇ ਸਰਕਾਰਾਂ ਚਿੰਤਤ ਦੇ ਵਿੱਚ ਨੇ ਵਿਗਿਆਨਿਕ ਚਿੰਤਤ ਦੇ ਵਿੱਚ ਨੇ ਤਾਂ ਲਗਾਤਾਰ ਸਰਕਾਰਾਂ ਦੇ ਵੱਲੋਂ ਵੀ ਇਸ ਪਾਣੀ ਬਚਾਉਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕਿ ਉਪਰਾਲੇ ਨੇ ਕੀਤੇ ਜਾਂਦੇ ਨੇ ਔਰ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਤੇਲਗਾਨਾ ਦੌਰੇ ਤੇ ਹੋ ਕੇ ਆਏ ਨੇ ਤੇਲਗਾਨਾ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਡੈਮਾਂ ਬਣਾਈਆਂ ਗਈਆਂ ਨੇ ਤਾਂ ਉੱਥੇ ਜਿਹੜਾ ਪਾਣੀ ਦਾ ਪੱਧਰ ਹੈ ਤਕਰੀਬਨ 2 ਮੀਟਰ ਜਿਹੜਾ ਕਿ ਉੱਪਰ ਆ ਚੁੱਕਿਆ ਹੈ ਤਾਂ ਪਾਣੀ ਨੂੰ ਬਚਾਉਣ ਦੇ ਲਈ ਲਗਾਤਾਰ ਜਿੱਥੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਅੱਜ ਤੁਹਾਡੀ ਮੁਲਾਕਾਤ ਇੱਕ ਅਜਿਹੇ ਸ਼ਖਸ ਨਾਲ ਕਰਾਵਾਂਗੇ ਜੋ ਆਪਣੇ ਪੱਧਰ ਤੇ ਹੀ ਕਰੋੜਾਂ ਲੀਟਰ ਜਿਹੜਾ ਕਿ ਪਾਣੀ ਨੇ ਉਹ ਬਚਾ ਚੁੱਕੇ ਹੋਏ ਨੇ ਤਾਂ ਪਹਿ ਵਾਟਰ ਫਿਲਟਰ ਜਿਹੜਾ ਅੱਜ ਕੱਲ ਹਰੇ ਘਰ ਦੇ ਵਿੱਚ 1 ਜਾਂ 2 ਜਾਂ 3 ਲੱਗੇ ਹੋਏ ਨੇ ਕੋਈ ਘਰ ਐਸਾ ਨਹੀਂ ਹੈ ਜਿਸ ਘਰ ਦੇ ਵਿੱਚ ਵਾਟਰ ਫਿਲਟਰ ਨਾ ਹੋਵੇ ਛੋਟੇ ਤੋਂ ਛੋਟੇ ਘਰਾਂ ਦੇ ਵਿੱਚ ਵੀ ਜਿਹੜੇ ਕੀ ਵਾਟਰ ਫਿਲਟਰ ਨੇ ਉਹ ਦੇਖਣ ਨੂੰ ਮਿਲਦੇ ਨੇ ਤਾਂ ਵਾਟਰ ਫਿਲਟਰ ਦੇ ਵਿੱਚ ਇੱਕ ਛੋਟੀ ਜੀ ਪਾਈਪ ਹੈ ਜਿਹੜੀ ਕੀ ਉਹ ਕੱਢੀ ਹੁੰਦੀ ਹੈ ਜਿਹੜਾ ਵੇਸਟ ਪਾਣੀ ਨਿਕਲਦਾ ਹੈ ਤਾਂ ਵੇਸਟ ਪਾਣੀ ਰੋਜ਼ਾਨਾ ਕਈ ਲੀਟਰ ਜਿਹੜਾ ਕੀ ਪਾਣੀ ਹੈ ਉਹ ਵੇਸਟ ਹੁੰਦਾ ਹੈ ਤਾਂ ਉਹ ਵੇਸਟ ਪਾਣੀ ਨੂੰ ਬਚਾਉਣ ਦੇ ਲਈ ਉਪਰਾਲਾ ਜਿਹੜਾ ਕੀਤਾ ਗਿਆ ਹੈ ਤਾਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਭਾਈ ਕੀ ਨਾਮ ਹੈ ਤੁਹਾਡਾ ਤੇ ਐਨ ਜੀਓ ਦਾ ਕੀ ਨਾਮ ਹੈ ਤੁਹਾਡੀ ਦਾ ਮੈਂ ਰਵੀ ਸ਼ਰਜੇਵਾ ਜੀ ਔਰ ਮੇਰੇ ਐਨ ਜੀਓ ਦਾ ਨਾਮ ਪਾਵਰ ਟੂ ਸੇਵ ਹਿਊਮਨ ਰਾਈਟਸ ਐਨ ਜੀਓ ਹੈਗਾ ਅਸੀਂ ਦੇਖ ਰਹੇ ਹਾਂ ਬਹੁਤ ਵਧੀਆ ਉਪਰਾਲਾ ਜਿਹੜਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਕਿਵੇਂ ਜਹਨ ਦੇ ਵਿੱਚ ਆਇਆ ਕਿਸ ਤਰ੍ਹਾਂ ਦੇ ਜਾਨਕੀ ਆਈਡੀ ਤੁਹਾਡੇ ਦਿਮਾਗ ਦੇ ਵਿੱਚ ਆਇਆ ਇੱਕਲੀ ਮੈਂ ਸ਼ੁਰੂ ਤੇ ਦੇਖਦਾ ਸੀਗਾ ਕਿ ਵਾਟਰ ਫਿਲਟਰ ਜਿਹੜਾ ਹੈਗਾ ਬਹੁਤ ਪਾਣੀ ਵੇਸਟ ਕਰਦਾ ਇੱਕ ਗਲਾਸ ਪਾਣੀ ਦਾ ਪੀਣ ਲਈ ਸਾਨੂੰ ਤਿੰਨ ਗਲਾਸ ਪਾਣੀ ਵੇਸਟ ਕਰਨੇ ਪੈਂਦੇ ਆ ਨੋਰਮਲ ਘਰਾਂ ਦੇ ਵਿੱਚ ਮੰਨ ਲਓ ਕਿ ਤੁਸੀਂ 10 ਲੀਟਰ ਪਾਣੀ ਵੀ ਵਿਸਤਮਾਲ ਕਰਦੇ ਹੋ ਤਾਂ ਤਾਂ ਉਹ ਦੇਖੋ ਤੁਸੀਂ 40 50 ਲੀਟਰ ਹੋ ਜਾਂਦਾ ਹੈ ਤੇ ਚਾਰ ਬੰਤਿਆਰੀ ਫੈਮਿਲੀ ਜੇਕਰ ਅਸੀਂ ਕੈਲਕੂਲੇਸ਼ਨ ਲਗਾਈ ਹੋਈ ਹੈ ਕਿ 100 ਲੀਟਰ ਪਾਣੀ ਵੇਸਟ ਹੁੰਦਾ ਹੈ ਫਿਲਟਰ ਸਿਰਫ ਫਿਲਟਰ ਦੇ ਨਾਲ ਉਹ 100 ਲੀਟਰ ਦਾ ਮੈਂ ਸਭ ਤੋਂ ਪਹਿਲੇ ਆਪਣੇ ਘਰ ਦਾ ਪਾਣੀ ਬਚਾਣ ਦੀ ਸੋਚੀ ਜਦੋਂ ਮੈਂ ਸਭ ਤੋਂ ਪਹਿਲੇ ਮੈਂ ਆਪਣੇ ਘਰ ਚ ਰੈਬਰ ਰੱਖਤਾ ਵੀ ਉਹ ਵੇਸਟ ਪਾਣੀ ਜਿਹੜੇ ਰੈਬਰ ਵਿੱਚ ਪਾਈ ਪਾਤੀ ਉਸ ਤੋਂ ਬਾਅਦ ਉਹ ਨਾਲ ਆਪਣਾ ਬਰਤਨ ਧੋਣ ਲੱਗ ਗਏ ਤੇ ਉਸ ਤੋਂ ਬਾਅਦ ਦੇਖਿਆ ਕਿ ਰੈਬਰ ਜਿਹੜਾ ਸੀਗਾ ਦਿਨ ਦੇ ਵਿੱਚ ਤਿੰਨ ਚਾਰ ਰੈਬਰ ਭਰ ਜਾਂਦੇ ਹੁੰਦੇ ਸੀਗਾ ਪਾਣੀ ਦੇ ਫਿਰ ਮੈਂ ਇੱਕ ਪੱਕੀ ਫਿਟਿੰਗ ਕਰਵਾਤੀ ਕਿ ਟੈਂਕੀ ਚ ਫਿਟ ਕਰਵਾਤੀ ਔਰ ਜਦੋਂ ਦੇਖਿਆ ਕਿ ਇਹ ਦਿਨ ਆ ਤਾਂ ਕਾਫੀ ਜਿਆਦਾ ਪਾਣੀ ਵੇਸਟ ਹੋ ਰਿਹਾ ਸੀਗਾ ਜਿਹੜਾ ਕਿ ਆਪਾਂ ਨੂੰ ਇਸਤੇਮਾਲ ਚ ਲੈ ਆਣ ਲੱਗ ਗਏ ਤੇ ਫਿਰ ਮੈਂ ਹੋਲੀ ਕਰਕੇ ਆਪਣੀ ਦੁਕਾਨ ਤੇ ਵੀ ਲਗਾਇਆ ਫਿਰ ਉਸ ਤੋਂ ਬਾਅਦ ਮੈਂ ਆਪਣੇ ਕੁਝ ਦੋਸਤਾਂ ਦੇ ਘਰ ਲਗਾਇਆ ਉਸ ਤੋਂ ਬਾਅਦ ਫਿਰ ਮੈਂ ਇੱਕ ਐਨਜੀਓ ਬਣਾ ਕੇ ਮੈਨੂੰ ਪੱਕੇ ਤੌਰ ਤੇ ਇੱਕ ਮੁਹਿੰਮ ਚਲਾਈ ਕਿ ਜਿੰਨਾ ਮੈਕਸਿਮ ਹੋ ਸਕੇ ਮੈਂ ਦਾਨ ਕਰਨਾ ਬੰਦ ਕਰਦਾ ਮੈਂ ਲੰਗਰ ਲਗਾਉਣੇ ਬੰਦ ਕਰਤਾ ਮੈਨੂੰ ਲੱਗਿਆ ਕਿ ਕੁਦਰਤ ਦੀ ਚੀਜ਼ਾਂ ਨੂੰ ਬਚਾਉਣਾ ਜ਼ਰੂਰੀ ਹੈ ਦਾਨ ਕਰਨਾ ਇਨਾ ਜ਼ਰੂਰੀ ਨਹੀਂ ਲੰਗਰ ਲਾਣੇ ਜ਼ਰੂਰੀ ਨਹੀਂ ਜਿਹੜੀ ਕੁਦਰਤ ਸਾਨੂੰ ਫ੍ਰੀ ਚੀਜ਼ਾਂ ਦੇ ਰਿਹਾ ਉਸ ਚੀਜ਼ ਨੂੰ ਮਾਨ ਦੇਣਾ ਜ਼ਰੂਰੀ ਹੈ ਉਸ ਤਾਂ ਫਿਰ ਮੈਂ ਸਾਰਾ ਆਪਣਾ ਜੋ ਡੋਨੇਟ ਕਰਦਾ ਸੀ ਮੈਂ ਇਸੀ ਚੀਜ਼ ਦੇ ਉੱਤੇ ਲਗਾਉਣਾ ਸ਼ੁਰੂ ਕਰਤਾ ਤੇ ਆ ਜਿਹੜਾ ਸਿਸਟਮ ਹੈ ਅਜ ਤੱਕ ਮੈਂ 92 ਪੀਸਸ ਲਗਾ ਚੁੱਕਾ 92 ਸਿਸਟਮ ਇੰਸਟਾਲ ਕਰਾ ਚੁੱਕਾ ਆਪਣੇ 92 ਜਿਹੜੇ ਤੁਸੀਂ ਲਗਾ ਚੁੱਕੇ ਇਕੱਲੇ ਲੁਧਿਆਣੇ ਚ ਲੱਗੇ ਨੇ ਜਾਂ ਫਿਰ ਲੁਧਿਆਣੇ ਤੋਂ ਬਾਹਰ ਵੀ ਕਿਤੇ ਲਗਾਏ ਲਗਾਏ ਨੇ ਹਾਂ ਨਹੀਂ ਸਿਰਫ ਲੁਧਿਆਣੇ ਚ ਲਗਾਏ ਆ ਕਿਉਂਕਿ ਮੇਰੇ ਮੇਰੇ ਇੱਧਰ ਉੱਧਰ ਜਿੰਨੇ ਵੀ ਦੋਸਤ ਹੁੰਦੇ ਆ ਅੱਗੇ ਤੋਂ ਕੇ ਲਿੰਕਸ ਆਉਂਦੇ ਆ ਤਾਂ ਉਹ ਮੈਂ ਉਹਨਾਂ ਦੇ ਘਰਾਂ ਚ ਲਗਾਨਾ ਕਿਉਂਕਿ ਕਿਉਂਕਿ ਮੈਂ ਕਿਸੇ ਕੋਲੋਂ ਇਸ ਚੀਜ਼ ਦੇ ਪੇਮੈਂਟ ਨਹੀਂ ਲੈਂਦਾ ਹੈਗਾ ਤਾਂ ਫਿਰ ਅਗਰ ਦੂਜੇ ਸ਼ਹਿਰਾਂ ਚ ਲਗਾਵੇਂ ਤਾਂ ਟੋਟਲੀ ਤੁਸੀਂ ਫ੍ਰੀ ਆਫ ਕੋਸਟ ਹੈ ਜਿਹੜਾ ਕਿ ਇੰਸਟਾਲ ਕਰਦੇ ਲਗਾਣਾ ਹੋਵੇ ਇੱਕ ਵਾਟਰ ਫਿਲਟਰ ਤੇ ਲਗਾਣਾ ਹੋਵੇ ਇਹਦਾ ਟੈਂਕੀ ਜੀ ਦਾ ਕਿੰਨਾ ਖਰਚ ਆ ਜਾਂਦਾ 1500 ਤੋਂ 2000 ਰੁਪਏ ਖਰਚਾ ਆ ਜਾਂਦਾ ਜਦੋਂ ਆਪਾਂ ਪੂਰੀ ਫਿਟਿੰਗ ਕਰਾਉਂਦੇ ਆ ਤਾਂ 1500-2000 ਰੁਪਏ ਲੱਗ ਜਾਂਦੇ ਆ ਤਕਰੀਬਨ ਟੈਂਕੀ ਐਕਸੈਸਰੀ ਜਾਂ ਸਾਮਾਨ ਕਹਿ ਲਈਏ ਜਾਂ ਫਿਰ ਫਿਟਿੰਗ ਵਗੈਰਾ ਸਾਰੀ ਤੁਸੀਂ ਆਪ ਕਰਦੇ ਹੋ ਜਾਂ ਲੇਬਰ ਲੈ ਕੇ ਜਾਂਦੇ ਹੋ ਲੇਬਰ ਦੀ ਗੱਲ ਨਹੀਂ ਮੈਂ ਤਾਂ ਬੇਸਿਕਲੀ ਵੈਸੇ ਜੁਐਲਰ ਆ ਲੇਕਿਨ ਲੇਬਰ ਦਾ ਖਰਚਾ ਵੀ ਸਾਰਾ ਤੁਸੀਂ ਕਰਦੇ ਹੋ ਨਹੀਂ ਮੈਂ ਹੀ ਕਰਦਾ ਜੀ ਖਰਚਾ ਸਾਰਾ ਮੈਂ ਹੀ ਕਰਦਾ ਆਪਣੇ ਕੋਲ ਹੀ ਕਰਦਾ ਕੰਮ ਦੇ ਵਿੱਚੋਂ ਟਾਈਮ ਕਿਵੇਂ ਨਿਕਲ ਪੰਦਾ ਕੰਮ ਕੋਟਾ ਕੀ ਹੈਗਾ ਨਹੀਂ ਕੰਮ ਸਿਰਫ ਆ ਕੇ ਆਪਣੇ ਨੌਨ ਹੁੰਦੇ ਆ ਉਹਨਾਂ ਨੂੰ ਜਿੱਦਾਂ ਦੱਸ ਦਿੰਨਾ ਤੇ ਮੇਰਾ ਜਿਹੜਾ ਫਿਟਿੰਗ ਕਰਨ ਵਾਲਾ ਲੜਕਾ ਹੈਗਾ ਉਹ ਜਾ ਕੇ ਜਗਾ ਦੇਖ ਦਿੰਦਾ ਉਹਨੂੰ ਦੱਸ ਦਿੰਦਾ ਕਿ ਇਸ ਜਗ੍ਹਾ ਤੇ ਇਦਾਂ ਇਦਾਂ ਫਿਟਿੰਗ ਹੋਏਗੀ ਇਸ ਤਰ੍ਹਾਂ ਦੇ ਟਾਈਪ ਲੱਗੇਗਾ ਤੇ ਉਹ ਆਪਣਾ ਕੰਮ ਕਰ ਦਿੰਦਾ ਜਾਂ ਫੋਨ ਤੇ ਜਾਂ ਮੈਂ ਸਵੇਰੇ ਵਿਜ਼ਿਟ ਵੀ ਕਰ ਲੰਨਾ ਜਰੂਰਤ ਪਵੇ ਤਾਂ ਕਿਸੇ ਨਾ ਕਿਸੇ ਘਰ ਜਾ ਕੇ ਦੱਸ ਥੋੜਾ ਅੰਦਾਜ਼ਾ ਉਹਨਾਂ ਨੂੰ ਦੱਸ ਦੇਣਾ ਕਿ ਇਸ ਤਰੀਕੇ ਦੇ ਨਾਲ ਆ ਫਿਟਿੰਗ ਹੋਏਗੀ ਤਾਂ ਬਸ ਉਸ ਤਰੀਕੇ ਨਾਲ ਆਪਾਂ ਫਿਟ ਕਰਵਾ ਲੀਦਾ 92 ਤੁਸੀਂ ਕਿਹਾ ਵੀ ਹੁਣ ਤੱਕ ਤੁਸੀਂ 1 ਬਨ ਵੀ ਡੇ ਟੈਂਕੀਆਂ ਨੇ ਇੰਸਟਾਲ ਕਰ ਚੁੱਕੇ ਹੋ ਤਾਂ ਹੁਣ ਤੱਕ ਕਿੰਨੇ ਲੀਟਰ ਪਾਣੀ ਤੁਸੀਂ ਜਿਹੜਾ ਕੀ ਸੇਵ ਕਰ ਚੁੱਕੇ ਹੋ ਸਾਰਾ ਜਦੋਂ ਅੱਜ ਤੱਕ ਦਾ ਟੋਟਲ ਕਰਾਤਾ ਤਾ ਤਕਰੀਬਨ 2 ਕਰੋੜ ਲੀਟਰ ਹੋ ਚੁੱਕਾ ਜੀ ਇਹਦੇ ਨਾਲ 2 ਕਰੋੜ 2 ਕਰੋੜ ਲੀਟਰ ਹੋ ਚੁੱਕਾ ਹੈ ਪਾਣੀ ਜਿਹੜਾ ਕਿ ਮੈਨੂੰ ਪਤਾ ਹੈ ਮੈਨੂੰ ਆਪਣੇ ਉੱਤੇ ਪ੍ਰਾਊਡ ਫੀਲ ਹੁੰਦਾ ਕਿ ਮੈਂ ਜਦੋਂ ਜਦੋਂ ਸ਼ੁਰੂ ਕੀਤਾ ਸੀਗਾ ਤਾਂ ਉਦੋਂ ਤਾਂ 100 200 ਲੀਟਰ ਵਾਲੀਆਂ ਗੱਲਾਂ ਹੁੰਦੀਆਂ ਸੀਗੀਆਂ ਹੁਣ ਮੈਨੂੰ ਆਪ ਨੂੰ ਬੜਾ ਫਕਰ ਮਹਿਸੂਸ ਹੁੰਦਾ ਕਿ ਮੈਂ 2 ਕਰੋੜ ਲੀਟਰ ਤੇ ਪਹੁੰਚ ਗਿਆ ਔਰ ਸ਼ਾਇਦ ਆਪ ਸਿਸਟਮ ਜਿਹੜੇ ਮੈਂ ਅੱਜ ਤੱਕ ਲਗਾਇਆ ਉਹ ਕਦੀ ਖਰਾਬ ਤਾਂ ਹੋਣ ਨਹੀਂ ਉਹਦੀ 20 ਸਾਲ ਵੀ ਅਗਰ ਇੱਕ ਲਾਈਫ ਲਗਾਈਏ ਤਾਂ 2 ਕਰੋੜ ਲੀਟਰ ਦਾ 20 ਕਰੋੜ ਲੀਟਰ ਹੋਣ ਨੂੰ ਟਾਈਮ ਨਹੀਂ ਲ ਜਾ ਰਹੇ ਹੈ ਤੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹ 2 ਕਰੋੜ ਦਾ 20 ਕਰੋੜ ਲੀਟਰ ਵੀ ਹੋਏ ਨਾ ਬਸ ਉਹ ਚੀਜ਼ ਮੈਨੂੰ ਸੁਣ ਕੇ ਬੜੀ ਅਲੱਗ ਲੱਗਦਾ ਲੋਕਾਂ 'ਚ ਅਵੇਅਰ ਹੈ ਇਸ ਚੀਜ਼ ਨੂੰ ਲੈ ਕੇ ਜਾ ਫਿਰ ਤੁਸੀਂ ਕਿਵੇਂ ਅਵੇਅਰ ਕਰ ਦਿਓ ਲੋਕਾਂ ਨੂੰ ਦੇਖੋ ਜਦੋਂ ਆਪਾਂ ਪਹਿਲੇ ਲਗਾਨਾ ਆ ਲੱਗਿਆ ਹੋਇਆ ਕਿ ਬਹੁਤ ਸੋਹਣਾ ਨਹੀਂ ਲੱਗਦਾ ਥੋੜੀ ਜੀ ਸ਼ੋਅ ਖਰਾਬ ਹੁੰਦੀ ਹੈ ਆਪਣੇ ਕਿਚਨ ਦੀ ਲੇਡੀਜ਼ ਦੀ ਜਾਨ ਹੁੰਦੀ ਹੈ ਉਹਨਾਂ ਦੀ ਕਿਚਨ ਦੇ ਵਿੱਚ ਤੇ ਉਹ ਲੱਖਰ ਵਿੱਚ ਖਰਚ ਕਰਕੇ ਕਿਚਨ ਤਿਆਰ ਕੀਤੀ ਹੁੰਦੀ ਤਾਂ ਉਹ ਵੀ ਦੇਖਦੇ ਕਿ ਦੇ ਡੈਕੋਰੇਸ਼ਨ ਦੇ ਵਿੱਚ ਕੋਈ ਫਰਕ ਨਾ ਪਿਆ ਜੂ। ਹਾਂ ਉਹ ਦੇਖਣ ਦੇਖੋ ਇੰਨਾ ਸੋਹਣਾ ਨਹੀਂ ਲੱਗਦਾ ਲੇਕਿਨ ਬਟ ਗੱਲ ਆ ਵੈ ਕਿ ਜਿਹੜੇ ਬੰਦਿਆਂ ਦੇ ਘਰ ਮੈਂ ਲਗਾਨਾ ਫਿਰ ਉਹ ਬਹੁਤ ਜ਼ਿਆਦਾ ਤਾਰੀਫ ਕਰਦੇ ਕਿਉਂਕਿ ਜਦੋਂ ਉਹ ਵੀ ਦੇਖਣ ਲੱਗ ਜਾਂਦੇ ਨੇ ਕਿ ਹਾਂ ਵੀ ਰੋਜ਼ ਦਾ 100 ਲੀਟਰ ਪਾਣੀ ਦਾ ਬਚਨ ਲੱਗ ਗਿਆ ਵੀ ਇੱਕ ਮਹੀਨੇ ਚ ਅਸੀਂ 3000 ਲੀਟਰ ਬਚਾ ਲਿਆ ਜਾਂ ਸਾਲ ਦੇ ਵਿੱਚ ਅਸੀਂ ਕਿੰਨਾ ਬਚਾ ਲਿਆ ਫਿਰ ਉਹਨਾਂ ਨੂੰ ਵੀ ਇਸ ਚੀਜ਼ ਤੇ ਫਕਰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ। ਆ ਇਸ ਲਈ ਬਾਚੋ ਏਰੀਆ ਤਰੀਫਾ ਬਹੁਤ ਸੁਣਨ ਨੂੰ ਮਿਲਿਆ ਜਿੰਨੇ ਦੇ ਘਰਾਂ ਚ ਅਜੇ ਤੱਕ ਮੈਂ ਲਗਾ ਚੁੱਕਾ ਉਹ ਮੇਰੀ ਅਜੇ ਤੱਕ ਬਹੁਤ ਤਰੀਫਾਂ ਕਰਦੇ ਆ ਮੇਰੀ ਕਿ ਵਾਕਈ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਹੈ ਘਰ ਦੇ ਦੀ سپورਟ ਮਿਲਦੀ ਹੈ ਘਰ ਦੇ ਮਨਾਂ ਤਾਂ ਨਹੀਂ ਕਰਦੇ ਕਿਤੇ ਵੀ ਚੰਗਾ ਭਲਾ ਵੈਲ ਸੈਟਨ ਬਿਜ਼ਨਸ ਨੂੰ ਛੱਡ ਕੇ ਕਿਹੜੇ ਕੰਮਾਂ 'ਚ ਲੱਗੇ ਹੋਏ ਨਹੀਂ ਨਹੀਂ ਬਿਜ਼ਨਸ ਵੀ ਮੇਰਾ ਨਾਲ-ਨਾਲ ਚੱਲੀ ਜਾ ਰਿਹਾ ਮੈਂ ਬਿਲਕੁਲ ਉਹਨਾਂ ਨੇ ਕਿਹਾ ਤਾਂ ਇੱਕ ਸਾਈਡ ਬਿਜ਼ਨਸ ਹੈ ਕਿ ਸੇਵਾ ਹੈ ਜਦ ਆਪਾਂ ਮੰਦਿਰ ਜੀ ਗੁਰਦੁਆਰੇ ਚ ਜਾਂਦੇ ਆ ਤਾਂ ਆਪਣੇ ਰੂਟੀਨ ਚੋਂ ਟਾਈਮ ਕੱਢ ਕੇ ਜਾਂਦੇ ਆ ਉਦਾਂ ਹੀ ਮੈਂ ਮੰਦਿਰ ਗੁਰਦੁਆਰੇ ਨਹੀਂ ਜਾਂਦਾ ਬ ਤੁਸੀਂ ਕਿਵੇਂ ਖਰਚਾ ਤੁਸੀਂ ਸਾਰਾ ਆਪਦੇ ਕੋਲੋਂ ਕਰਦੇ ਹੋ ਕਰਦੇ ਹੋ ਕਰੀਬ 2000 ਰੁਪਏ ਲੱਗ ਜਾਂਦਾ ਇੱਕ ਟੈਂਕੀ ਨੂੰ ਇੰਸਟਾਲ ਕਰਨ ਦੇ ਲਈ ਤਾਂ ਫਿਰ ਇਹ ਪੈਸੇ ਸਾਰੇ ਤੁਸੀਂ ਆਪ ਦੀ ਜੇਬ ਚੋਂ ਖਰਚ ਕਰਦੇ ਹੋ ਜਾਂ ਫਿਰ ਤੁਹਾਡੀ ਐਨਜੀਓ ਲਈ ਜਾਂ ਫਿਰ ਕੋਈ ਡੋਨੇਟ ਵਗੈਰਾ ਕਿਸ ਤਰ੍ਹਾਂ ਦਾ ਸਿਸਟਮ ਚੱਲਦਾ ਤੁਹਾਡਾ ਸਾਰਾ ਨਹੀਂ ਆ ਸਾਰਾ ਮੈਂ ਆਪਣੇ ਕੋਲੋਂ ਹੀ ਕਰਦਾ ਕਿਉਂਕਿ 2000 ਰੁਪਏ ਦੇ ਕਰੀਬ ਆਪਣਾ ਖਰਚਾ ਆ ਜਾਂਦਾ ਵੇ ਦੇਖੋ ਆਪਾਂ ਸਾਲ ਦੇ ਵਿੱਚ ਇੱਕ ਲੰਗਰ ਵੀ ਲਗਾਈਏ ਤਾਂ 50000 ਰੁਪਏ ਲੱਖ ਰੁਪਏ ਖਰਚ ਹੋ ਜਾਂਦਾ ਮੈਂ ਉਹ ਖਰਚੇ ਕਰਨੇ ਬੰਦ ਕਰਤੇ ਤਾ ਮੈਂ ਆਹੀ ਸੋਚਦਾ ਕਿ ਉਧਰ ਬੰਦ ਕਰ ਦੋ ਤੇ ਇੱਧਰ ਸ਼ੁਰੂ ਕਰ ਦੋ ਦਾਨ ਕਿਹਨਾਂ ਲਗਾਉਂਦੇ ਸੀਗੇ ਲੰਗਰ ਹਾਂਜੀ ਪਹਿਲੇ ਤਾਂ ਮੈਂ ਲਗਾਉਂਦਾ ਰਹਿੰਦਾ ਹੁੰਦਾ ਸੀਗਾ ਲੇਕਿਨ ਹੁਣ ਮੈਂ ਪਿਛਲੇ ਕੁਝ ਸਾਲਾਂ ਤੋਂ ਲਗਾਉਣੇ ਬੰਦ ਕਰਤੇ ਲੰਗਰ ਨਹੀਂ ਲਗਾਉਂਦਾ ਲੰਗਰ ਤਾਂ ਆਮ ਦੇਖੇ ਜਾਂਦੇ ਨੇ ਲੰਗਰ ਬਹੁਤ ਸੰਗਤਾਂ ਜਿਹੜੀ ਲੰਗਰ ਲਗਾਉਂਦੀ ਆ ਪਰ ਇਹ ਮੇਰੇ ਸਾਹਮਣੇ ਮੈਂ ਕੋਈ ਪਹਿਲੇ ਸ਼ਖਸ਼ੋ ਤੁਸੀਂ ਜਿਨ੍ਹਾਂ ਨੂੰ ਮੈਂ ਦੇਖਿਆ ਵੀ ਆਪਣੇ ਲੈਵਲ ਤੇ ਵੀ ਪਾਣੀ ਨੂੰ ਬਚਾਉਣ ਦੇ ਲਈ ਇੰਨੇ ਸਾਰੇ ਐਫਰਟ ਕਰ ਰਹੇ ਹੋ ਹਾਂਜੀ ਇਹਦੇ ਵਿੱਚ ਦੇਖੋ ਜਦੋਂ ਆਪਾਂ ਇੱਕ ਸਿਸਟਮ ਕਿਸੇ ਦੇ ਘਰ ਚ ਇੰਸਟਾਲ ਕਰਨਾ ਹੁੰਦਾ ਨਾ ਉਹਦੇ ਚ ਪੈਸੇ ਦੀ ਵੈਲ ਕੋਈ ਕਰਦੀ ਜਿਹੜੀ ਲੇਡੀ ਹੁੰਦੀ ਉਹਨੂੰ ਸੈਟੀਸਫਾਈਡ ਕਰਨਾ ਪੈਂਦਾ ਉਹ ਸੈਟੀਸਫਾਈਡ ਹੁੰਦਾ ਹੀ ਨਹੀਂ ਹੈ ਜਦੋਂ ਉਹ ਉਹਨਾਂ ਨੂੰ ਸੈਟੀਸਫਾਈਡ ਕਰਨਾ ਪੈਂਦਾ ਫਿਰ ਉਸ ਤੋਂ ਬਾਅਦ ਜਦੋਂ ਲਗਾਉਂਦੇ ਜਦੋਂ ਲਗਾਉਂਦੇ ਹੁੰਦੇ ਆ ਜਿਹੜਾ ਬੰਦਾ ਉਦੋਂ ਬਹੁਤ ਕਮੀਆਂ ਪੇਸ਼ੀਆਂ ਕੱਢਦੇ ਆ ਲੋਕ ਵੀ ਆ ਯਾਰ ਤਾਂ ਐਦਾਂ ਹੋ ਗਿਆ ਉਦਾਂ ਹੋ ਗਿਆ ਤਾਂ ਦੇਖਣ ਨੂੰ ਬੁਰਾ ਲੱਗ ਰਿਹਾ ਬਟ ਜਦੋਂ ਇੱਕ ਅੱਧਾ ਦਿਨ ਉਹ ਇਸ ਇਸ ਸਿਸਟਮ ਨੂੰ ਇੰਸਟਾਲ ਕੀਤਾ ਇਸਤੇਮਾਲ ਕਰ ਲੈਂਦੇ ਆ ਉਸ ਤੋਂ ਬਾਅਦ ਫਿਰ ਤਰੀਫਾ ਕਰਨੀਆਂ ਸ਼ੁਰੂ ਕਰਦੇ ਆ ਬਸ ਆਪਾਂ ਉਸ ਤਰੀਫਾ ਦੇ ਪਿੱਛੇ ਕਈ ਵਾਰੀ ਲੋਕਾਂ ਦੀਆਂ ਗੱਲਾਂ ਵੀ ਸੁਣ ਲਈਆਂ ਕਦੀ ਇਸ ਤਰ੍ਹਾਂ ਹੋਇਆ ਤੁਹਾਡੇ ਕਿਸੇ ਫਰੈਂਡ ਸਰਕਲ ਚ ਜਾਂ ਫਿਰ ਆਣ ਗੁਆਂਢ ਦੇ ਵਿੱਚ ਕਿਸੇ ਨੇ ਕਿਹਾ ਹੋਵੇ ਯਾਰ ਕਿਹੜੇ ਕੰਮਾਂ ਚ ਲੱਗੇ ਹੋ ਆਪ ਦਾ ਕੰਮ ਕਰੋ ਲੋਕਾਂ ਨੂੰ ਮਨਾਣਾ ਪੈਂਦਾ ੱਤਕੇ ਨਾਲ ਲੋਕਾਂ ਦੇ ਘਰ ਤੇ ਜਾ ਕੇ ਲਗਾਣਾ ਪੈਂਦਾ ਮਿੰਤਾ ਤਰਲੇ ਕਰਕੇ ਦੇਖੋ ਆਪਾਂ ਰੱਬ ਨੂੰ ਵੀ ਸਾਰੀ ਉਮਰ ਮਨਾਉਂਦੇ ਆ ਜਿਹੜੇ ਵਧੀਆ ਬੰਦੇ ਆ ਰੱਬ ਨੂੰ ਵੀ ਪੂਜਾ ਕਰ ਕਰਕੇ ਸਾਰੀ ਉਮਰ ਮਨਾਉਂਦੇ ਰਹਿੰਦੇ ਆ ਜਿਹੜਾ ਪਤਾ ਨਹੀਂ ਰਿਜ਼ਲਟ ਇਸ ਜਨਮ ਚ ਸਾਨੂੰ ਮਿਲਣਾ ਹੈ ਕਿ ਨਹੀਂ ਮਿਲਣਾ ਲekin ਆ ਤਾਂ ਦੇਖੋ ਇੱਧਰ ਆਪਾਂ ਮੈਂ ਆਪਣਾ ਸਿਸਟਮ ਇੰਸਟਾਲ ਕੀਤਾ ਤਾਂ ਸਮਝ ਲਓ ਕਿ ਇੱਕ ਅਧ ਦੇ ਦਿਨ ਚ ਸਾਨੂੰ ਉਹਦਾ ਇਜ਼ਤਮਾਨ ਮਿਲਣਾ ਸ਼ੁਰੂ ਹੋ ਜਾਂਦਾ ਤਾਂ ਕੋਈ ਅਸੀਂ ਗੱਲ ਨਹੀਂ ਆ ਵੀ ਮੈਂ ਬਹੁਤ ਖੁਸ਼ ਆ ਇਸ ਕੰਮ ਦੇ ਵਿੱਚ ਮਨ ਚ ਕਿਸ ਵੇਲੇ ਆਇਆ ਜਾਂ ਕਿਸ ਤਰ੍ਹਾਂ ਮਨ ਦੇ ਵਿੱਚ ਧਿਆਨ ਆਇਆ ਵੀ ਆਪਾਂ ਇਹੀ ਕੰਮ ਕਰਨੀ ਇਹੀ ਸੇਵਾ ਕਰਨੀ ਹੈ ਜਿਵੇਂ ਤੁਸੀਂ ਪਹਿਲਾਂ ਕਿਹਾ 50 ਹਜ਼ਾਰ ਲੱਖ ਰੁਪਏ ਖਰਚ ਹੁੰਦੇ ਸੀ ਲੰਗਰ ਕਰਦੇ ਸੀ ਲੰਗਰ ਲਗਾਣੇ ਬੰਦ ਕਰਤੇ ਪਾਣੀ ਬਚਾਉਣ ਦੇ ਲਈ ਜਿਹੜੀ ਕਿ ਮੁਹਿੰਮ ਸ਼ੁਰੂ ਕਰਤੀ ਮਨ ਦੇ ਵਿੱਚ ਕਿਸ ਤਰ੍ਹਾਂ ਆਇਆ ਹੈ ਦੇਖੋ ਲੰਗਰ ਜਿਹੜੇ ਲੱਗਦੇ ਆ ਨਾ ਮੈਨੂੰ ਠੀਕ ਆ ਬਹੁਤ ਵਧੀਆ ਗੱਲ ਆ ਹਰ ਬੰਦੇ ਦੀ ਆਪਣੀ ਆਪਣੀ ਸ਼ਰਧਾ ਹੁੰਦੀ ਹੈ ਬਟ ਮੈਨੂੰ ਆ ਲੱਗਦਾ ਕਿ ਅਸਲੀਅਤ ਵਿੱਚ ਜੇ ਲੰਗਰ ਲਗਾਏ ਲਗਾਦੇ ਹੁੰਨੇ ਆਪਾਂ ਤਾਂ ਉਹਦੇ ਵਿੱਚ ਜੇ 1000 ਬੰਦਾ ਖਾਂਦਾ 1000 ਦੇ ਵਿੱਚ ਭੁੱਖੇ ਤਾਂ ਚਾਰ ਵੀ ਨਹੀਂ ਹੁੰਦੇ ਸਿਰਫ ਆਪਾਂ ਇੱਕ ਦੂਜੇ ਕਿਸੇ ਨੇ ਲੰਗਰ ਲਗਾਇਆ ਉਹ ਰਿਆਂਡੀ ਕੁੰਡੀ ਨੇ ਖਾ ਲਿਆ ਅੰਨੇ ਕੁੰਨੇ ਲਾਇਆ ਤਾਂ ਅਸੀਂ ਖਾ ਲਿਆ ਜ਼ਰੂਰਤ ਦੋਨਾਂ ਦੀ ਨਹੀਂ ਨਹੀਂ ਹੁੰਦੀ ਐ ਮੇਰੀ ਪਰਸਨਲ ਸੋਚ ਐ ਮੈਂ ਕਿਸੇ ਬੰਦੇ ਨੂੰ ਮਾੜਾ ਨਹੀਂ ਕਹਿੰਦਾ ਵੀ ਉਹਦੀ ਸੋਚ ਐ ਲੇਕਿਨ ਮੈਨੂੰ ਲੱਗਦਾ ਕਿ ਲੰਗਰ ਦੀ ਜ਼ਰੂਰਤ ਬਹੁਤ ਤੇ ਮੈਨੂੰ ਲੱਗਿਆ ਕਿ ਉਹ ਉਹਦੀ ਵੀ ਆਇਆ ਪੈਸੇ 'ਚ ਖਰਚਾ ਕਰਦੇ ਆ ਤੇ ਆ ਖਰਚਾ ਜਿਹੜਾ ਹੈਗਾ ਘੱਟੋ ਘੱਟ ਸਾਨੂੰ ਦਿਖਦਾ ਰਿਹਾ ਨਾ ਅੱਜ ਮੈਂ 2 ਕਰੋੜ ਲੀਟਰ ਪਾਣੀ ਦਾ ਪਹੁੰਚਾਇਆ ਤਾਂ ਮੈਨੂੰ ਪਤਾ ਹੈ ਕਿ ਜਿਹੜੇ ਕਿਸੇ ਬੰਦੇ ਨੂੰ ਦੱਸਦਾ ਉਹ ਵੀ ਇਸ ਚੀਜ਼ ਤੇ ਮਾਨ ਮਹਿਸੂਸ ਕਰਦਾ ਕਿ ਹਾਂ ਵੀ ਵਾਕੇ ਇਸ ਬੰਦੇ ਨੇ ਬਹੁਤ ਅੱਛਾ ਕੰਮ ਕੀਤਾ ਤੁਹਾਨੂੰ ਆਪਣੇ ਆਪ ਤੇ ਮਾਨ ਮਸੂਸ ਹੁੰਦਾ ਜੀ ਮੈਂ ਜਿਹੜੇ ਰਸਤੇ ਤੁਰਿਆ ਬਿਲਕੁਲ ਸਹੀ ਰਸਤਾ ਹੈ ਦੇਖੋ ਜੀ ਇਹਦੇ ਤਾਂ ਦੋ رائے ਹੈ ਨਹੀਂ ਕਿਸੇ ਨੇ ਅੱਜ ਤੱਕ ਮੇਰੇ 'ਚ ਨੁਕਸ ਨਹੀਂ ਕੱਢਿਆ ਕਿਉਂਕਿ ਨਾ ਕਿਸੇ ਧਰਮ ਦੇ ਵਿੱਚ ਆਂਦਾ ਹੈ ਨਾ ਕਿਸੇ ਜਾਤੀ ਦੇ ਵਿੱਚ ਆਂਦਾ ਹੈ ਪਾਣੀ ਤਾਂ ਹਰ ਇੱਕ ਨੂੰ ਵਿਚਾਈਦਾ ਤੇ ਮੈਂ ਪਾਣੀ ਬਚਾਉਂਦਾ ਰਹਿਣਾ ਉਹ ਇੱਕ ਰੱਬ ਦਾ ਅਸਲੀ ਰੱਬ ਦੀ ਸੇਵਾ ਵੈ ਰੱਬ ਦੇ ਕੁਦਰਤ ਦਿੱਤੀ ਹੋਈ ਜਿਹੜੀ ਫ੍ਰੀ ਦੀ ਚੀਜ਼ ਹੈ ਜਿੱਦ ਨੂੰ ਅਸੀਂ ਬੇਕਦਰੀ ਕਰਦੇ ਰਹਿੰਦੇ ਆ ਅਣਜਾਣ ਦੇ ਵਿੱਚ ਕਿਉਂਕਿ ਦੇਖੋ ਆ ਬੇਕਦਰੀ ਹੋ ਰਹੀ ਹੈ ਜਦੋਂ ਆਪਾਂ ਪਾਣੀ ਨਾਲੀ ਦੇ ਵਿੱਚ ਪਾ ਦਿੰਦੇ ਆ ਉਹ ਬੇਕਦਰੀ ਹੀ ਹੋ ਰਹੀ ਹੈ ਬਟ ਬੰਦਿਆਂ ਨੂੰ ਪਤਾ ਨਹੀਂ ਚੱਲਦਾ ਇਸ ਚੀਜ਼ ਦਾ ਤੇ ਬਸ ਮੈਂ ਉਸ ਚੀਜ਼ ਨੂੰ ਪਛਾਣ ਦੀ ਕੋਸ਼ਿਸ਼ ਕਰ ਰਿਹਾ ਪਿਛਲੇ 8 ਸਾਲ ਤੋਂ ਤੇ ਆਪਣਾ ਕੰਮ ਵਧੀਆ ਚੱਲ ਰਿਹਾ ਆਪਣਾ ਕਦੀ ਇਸ ਤਰ੍ਹਾਂ ਹੋਇਆ ਪਹਿਲਾਂ ਤੁਸੀਂ ਜਿਵੇਂ ਘਰ ਦੀ ਕੋਈ ਲੇਡੀ ਉਹਨੂੰ ਪਹਿਲਾਂ ਮਨਾਇਆ ਹੋਵੇ ਤੁਸੀਂ ਇੱਕ ਦਿਨ ਦੋ ਦਿਨ ਚਾਰ ਦਿਨ ਲਗਾ ਕੇ ਤਾਂ ਬਾਅਦ ਚ ਆਣ ਮੌਕੇ ਤੇ ਕਹਿੰਦੇ ਵੀ ਨਹੀਂ ਭਾਈ ਅਸੀਂ ਨਹੀਂ ਲਗਾਣਾ ਫਿਰ ਮਨ ਦੇ ਜਾਂਦਾ ਬਹੁਤ ਕਹਾਣੀਆਂ ਬਹੁਤ ਗਿੱਸੇ ਆ ਜੀ ਪਹਿਲੇ ਪਹਿਲੇ ਤਾਂ ਜਦੋਂ ਮੈਂ ਚਲੇ ਜਾਂਦਾ ਹੁੰਦਾ ਸੀਗਾ ਵੈਸੇ ਮੈਂ ਪਹਿਲੇ ਵੀ ਤੁਹਾਨੂੰ ਦੱਸ ਚੁੱਕਾ ਮੈਂ ਬਾਇ ਪ੍ਰੋਫੈਸ਼ਨ ਮੈਂ 골ਡ ਜੁਐਲਰ ਆ ਜੁਐਲਰ ਆ ਜੁਐਲਰ ਦਾ ਲੈਵਲ ਹੀ ਬਹੁਤ ਅੱਛਾ ਹੁੰਦਾ ਕਿਉਂਕਿ ਇੱਕ ਸਮਾਜ ਜਿਹੜਾ ਹੈਗਾ ਸਾਨੂੰ ਬੜੇ ਅੱਛੇ ਲੈਵਲ ਤੇ ਦੇਖਦਾ ਹੈ ਬਟ ਜਦੋਂ ਮੈਂ ਕਿਸੇ ਦੇ ਘਰ ਲਗਾਣ ਚਲੇ ਜਾਂਦਾ ਅਣਜਾਨ ਲੈਡੀ ਹੁੰਦੀ ਸੀ ਜਿਹੜੀ ਸਾਨੂੰ ਨਹੀਂ ਜਾਣਦੀ ਹੁੰਦੀ ਸੀਗੀ ਉਹ ਤਾਂ ਕਈ ਵਾਰੀ ਮੈਨੂੰ ਪਲੰਬਰ ਹੀ ਸਮਝ ਬੈਠਦੀ ਸੀ ਵਿੱਚ ਹੈ ਤਾਂ ਪਲੰਬਰ ਹੀ ਆ ਕੋਈ ਦੁਕਾਨਦਾਰ ਆਇਆ ਸੈਨੀਟਰੀ ਵਾਲਾ ਤਾਂ ਉਹ ਐਦਾਂ ਵੀ ਕਈ ਵਾਰੀ ਸ਼ੁਰੂ ਸ਼ੁਰੂ ਵਿੱਚ ਹੁੰਦਾ ਹੁੰਦਾ ਸੀਗਾ ਬਟ ਮੇਰਾ ਮੇਰਾ ਧਿਆਨ ਉਹ ਚੀਜ਼ਾਂ ਵੱਲ ਨਹੀਂ ਜਾਂਦਾ ਤੇ ਮੇਰਾ ਕੰਮ ਮੈਨੂੰ ਸੀਗਾ ਕਿ ਮੈਂ ਆਪਣਾ ਕੰਮ ਕਰਨਾ ਹੈ ਤੇ ਮੈਂ ਉਸ ਚੀਜ਼ ਦਾ ਆਨੰਦ ਲੈਣਾ ਪੂਰਾ ਕਿ ਹਾਂ ਕੰਮ ਮੈਂ ਕਰ ਰਿਹਾ ਬਸ ਜਿਵੇਂ ਪਹਿਲਾਂ ਅਸੀਂ ਗੱਲ ਕਰ ਰਹੇ ਤੁਸੀਂ ਆਪਨਾ ਆਫ ਦਾ ਕੈਮਰਾ ਤੁਸੀਂ ਦੱਸਿਆ ਵੀ ਤੁਹਾਡੇ ਗਵਾਂਢ ਦੇ ਵਿੱਚ ਇੱਕ ਬੰਦਾ ਆਮ ਤੌਰ ਤੇ ਦੇਖੀਦਾ ਸੀ ਲੋਕ ਗੱਡੀਆਂ ਧੋਂਦੇ ਨੇ ਘਰਾਂ ਦੇ ਬਾਹਰ ਪਾਈਪ ਲਗਾ ਕੇ ਕਾਫੀ ਪਾਣੀ ਵੇਸਟ ਹੁੰਦਾ ਤੁਹਾਡੇ ਨਾਲ ਵੀ ਇਹ ਕਿੱਸਾ ਵਾਪਰਿਆ ਉਹ ਕਿਸੇ ਬਾਰੇ ਦੱਸਿਓ ਥੋੜਾ ਜਿਹਾ ਆਦਰ ਕਿਸੇ ਤਾਂ ਬਹੁਤ ਹੈ ਜੀ ਮੈਂ ਜਦੋਂ ਬੋਲਦਾ ਹੁੰਦਾ ਸੀ ਬੜਿਆਂ ਨਾਲ ਮੇਰਾ ਝਗੜਾ ਵੀ ਹੋ ਜਾਂਦਾ ਸੀਗਾ ਕਿਉਂਕਿ ਉਹਦੇ ਵਿੱਚ ਬੰਦੇ ਨੂੰ ਤਾਂ ਪਤਾ ਤਾਂ ਹੁੰਦਾ ਸੀਗਾ ਕਿ ਹਾਂ ਵੀ ਕਮੀ ਤਾਂ ਮੇਰੇ ਵਿੱਚ ਹੀ ਹੈ ਮੈਂ ਵੀ ਪਾਣੀ ਵੇਸਤਾ ਮੈਂ ਕਰ ਹੀ ਰਿਹਾ ਲੇਕਿਨ ਥੋੜੀ ਈਗੋ ਨਾਲ ਵਿੱਚ ਆ ਜਾਂਦੀ ਸੀਗੀ ਤਾਂ ਉਹ ਮੇਰੀ ਗੱਲ ਨਹੀਂ ਸੀ ਮੰਨਦੇ ਤਾਂ ਫਿਰ ਝਗੜੇ ਵੀ ਪਹਿਲੇ ਪਹਿਲੇ ਹੋ ਜਾਂਦੇ ਤੇ ਫਿਰ ਮੈਂ ਥੋੜਾ ਆਪਣਾ ਤਰੀਕਾ ਚੇਂਜ ਕਰ ਲਿਆ ਵੀ ਉਹਨਾਂ ਨੂੰ ਮੈਂ ਕਹਿਣਾ ਥੋੜਾ ਘਟਾਤਾ ਤੇ ਆਪਣਾ ਮੈਂ ਧਿਆਨ ਫਿਰ ਇਸ ਚੀਜ਼ ਦੇ ਵਿੱਚ ਝਾਰਾ ਲਗਾਤਾ ਵੀ ਇਹਰੇ ਵਿੱਚ ਵੀ ਤਾਂ ਸੇਵ ਹੋਈ ਰਿਹਾ ਨਾ ਤੱਕ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਫਿਰ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਤੁਹਾਡੇ ਤੱਕ ਅਪਰੋਚ ਕੀਤੀ ਹੈ ਵੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਬਹੁਤ ਸ਼ਰਾਣਾ ਜੋ ਕੰਮ ਹੈ ਵੀ ਇਹਨੂੰ ਸਰਕਾਰ ਦੇ ਪੱਧਰ ਤੇ ਵੀ ਲਿਜਾਇਆ ਜਾਵੇ ਜਾਂ ਜਾਂ ਕੁਝ ਹੋਰ ਇਹਦੇ ਬਾਰੇ ਕੁਝ ਅੱਗੇ ਸੋਚਿਆ ਜਾਵੇ ਨਹੀਂ ਮੈਨੂੰ ਐਦਾਂ ਨਾ ਮੈਂ ਹੀ ਕਿਸੇ ਨੂੰ ਕਿਹਾ ਨਹੀਂ ਹੈਗਾ ਅਜੇ ਤੱਕ ਤੇ ਕਿਸੇ ਨੇ ਮੇਰੇ ਕੋਲ ਅਪਰੋਚ ਨਹੀਂ ਕੀਤੀ ਹੈਗੀ ਇਸ ਚੀਜ਼ ਵਾਸਤੇ ਤੇ ਮੈਂ ਜੋ ਕਰ ਰਿਹਾ ਆਪਣੇ ਲੈਵਲ ਤੇ ਹੀ ਕਰ ਰਿਹਾ ਬਾਕੀ ਜੇ ਕਿਸੇ ਨੂੰ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਮੈਂ ਇਹ ਕਹਿਣਾ ਚਾਹੁੰਗਾ ਜੇ ਮੇਰਾ ਤਰੀਕਾ ਕੰਮ ਪਾਣੀ ਬਚਾਉਣ ਦਾ ਤਰੀਕਾ ਠੀਕ ਹੈਗਾ ਤਾਂ ਮੈਨੂੰ ਲੱਗਦਾ ਕਿ ਇਸ ਚੀਜ਼ ਦੇ ਬਾਰੇ ਸਰਕਾਰ ਵੀ ਲੋਕਾਂ ਨੂੰ ਵੇਅਰ ਕਰੇ ਕਿ ਆਹ ਸਿਸਟਮ ਲਗਾਓ ਸਾਡੇ ਐਨਜੀਓ ਦਾ ਹੈਲਪਲਾਈਨ ਨੰਬਰ ਹੈਗਾ ਹੈਲਪਲਾਈਨ ਨੰਬਰ ਦੇ ਦੋ ਤਾਂ ਅਸੀਂ ਉਸ ਤੇ ਵੀ ਆਪਾਂ ਲੋਕਾਂ ਦੇ ਘਰਾਂ 'ਚ ਇੰਸਟਾਲ ਕਰਾਂਗੇ ਜਦੋਂ ਸਰਕਾਰ ਇਸ ਚੀਜ਼ ਨੂੰ ਪ੍ਰਮੋਟ ਕਰਨਾ ਸ਼ੁਰੂ ਕਰੇਗੀ ਤਾਂ ਦੇਖੋ ਮੈਂ ਇਕੱਲਾ 2 ਕਰੋੜ ਲੀਟਰ ਪਾਣੀ ਬਚਾ ਚੁੱਕਾ ਮੇਰੇ ਵਰਗੇ ਅਗਰ ਲੁਧਿਆਣਾ ਸ਼ਹਿਰ 'ਚ ਇਕੱਲੇ ਕਰ 10 ਵੀ ਬੰਦੇ ਹੋ ਗਏ ਤਾਂ 2 ਦਾ 200 ਪਾਣਾ ਲੱਗੇ ਟਾਈਮ ਨਹੀਂ ਲੱਗਣਾ ਤੋ ਜਿਹੜੇ ਲੋਕ ਰੋਜ਼ਾਨਾ ਪਾਣੀ ਵੇਸਟ ਕਰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਦੇਖੋ ਬੂੰਦ ਬੂੰਦ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਕੀਮਤੀ ਹੈ ਹਰ ਬੰਦੇ ਨੂੰ ਪਤਾ ਹੈ ਬਸ ਉਸ ਚੀਜ਼ ਨੂੰ ਸੋਚ ਸਮੇਂ ਕਿ ਵਰਤੋ ਜਿੱਦਾਂ ਕਿ ਆਪਣੀ ਭਗਵੰਤਮਾਨ ਸਰਕਾਰ ਨੇ ਬਿਜਲੀ ਫਰੀ ਦਿੱਤੀ ਹੈ 600 600 ਯੂਨਿਟ ਤੇ ਹਰ ਬੰਦਾ ਹੁਣ ਸੋਚਣ ਲੱਗਾ ਕਿ 600 ਯੂਨਿਟ ਤੋਂ ਘੱਟ ਹੀ ਬਿਜਲੀ ਚੱਲੇ ਤਾਂ ਹਰ ਬੰਦਾ ਲਾਈਟਾਂ ਬੰਦ ਕਰਦਾ ਹੈ ਸੋਚ ਸਮੇਂ ਕਿ ਬਿਜਲੀ ਇਸਤੇਮਾਲ ਕਰਦਾ ਹੈ ਉਹ ਉਹਦੇ ਦਿਮਾਗ 'ਚ ਨਾ ਇੱਕ ਲਿਮਿਟ ਸੈੱਟ ਹੋ ਗਈ ਪਾਣੀ ਦੀ ਵੀ ਆਪਾਂ ਨੂੰ ਲਿਮਿਟ ਸੈੱਟ ਕਰਨੀ ਚਾਹੀਦੀ ਹੈ ਕਿ ਘੱਟ ਤੋਂ ਘੱਟ ਯੂਜ਼ ਕਰੋ ਜਿੰਨੀ ਜ਼ਰੂਰਤ ਹੈ ਉਨਾ ਹੀ ਯੂਜ਼ ਕਰੋ ਜਿੰਨਾ ਜ਼ਰੂਰਤ ਹੋ ਅਗਰ ਬੇਫੀਲ ਬਿਲਕੁਲ ਪਾਣੀ ਕੇ ਜਿਹੇ ਹੀ ਚੀਜ਼ ਜਿਹੜੇ ਉਹ ਖੁੱਲੇ ਖੁੱਲੇ ਦਿਲ ਨਾਲ ਕੈ ਲਈਏ ਜਾਂ ਖੁੱਲੇ ਤੌਰ ਤੇ ਬਹੁਤ ਜ਼ਿਆਦਾ ਜਿੱਥੇ 1 ਲੀਟਰ ਦੀ ਲੋਡ ਹੁੰਦੀ ਹੈ 10 10 20 ਲੀਟਰ ਲੋਕ ਪਾਣੀ ਵੇਸਟ ਕਰ ਦਿੰਦੇ ਨੇ ਉੱਥੇ ਦੇਖੋ ਗੱਡੀ ਤੋਂ ਓਨਲੀ 15 ਲੀਟਰ ਤੋਂ 30 ਲੀਟਰ ਪਾਣੀ ਚਾਹੀਦਾ ਹੁੰਦਾ ਦੋ ਬਾਲਟੀਆਂ ਚ ਬੜੀ ਬਹੁਤ ਵਧੀਆ ਤੋਤੀ ਜਾਂਦੀ ਹੈ ਲੇਕਿਨ ਜਦੋਂ ਆਪਾਂ ਪਾਈਪ ਦੇ ਨਾਲ ਧੋਣੇ ਆ ਤਾਂ ਤਕਰੀਬਨ ਕਟੋ-ਕਟ 500 ਲੀਟਰ ਲੱਗਦਾ ਤੇ ਕਿੱਥੇ 30 ਲੀਟਰ ਤੇ ਕਿੱਥੇ 500 ਲੀਟਰ ਐਸ ਤੋਂ ਹੀ ਤੁਸੀਂ ਸੋਚ ਲਓ ਲੁਧਿਆਣੇ ਚ ਲੱਖਾਂ ਗੱਡੀਆਂ ਜਿਹੜੀਆਂ ਰੋਜ਼ ਧੋਤੀਆਂ ਜਾਂਦੀਆਂ ਤੁਸੀਂ ਕੈਲਕੂਲੇਸ਼ਨ ਕਰ ਲਓ ਤੁਹਾਡੇ ਕੋਲ ਕੈਲਕੂਲੇਟਰ ਹੀ ਨਹੀਂ ਹੋਣਾ ਕਿ ਦੇ ਵਿੱਚ ਲੀਟਰ ਉਸ ਕੈਲਕੂਲੇਟਰ ਤੇ ਆ ਜਾਣ ਇੱਕੋ ਹੀ ਸ਼ਹਿਰ ਦੇ ਪੰਜਾਬ ਦੀ ਗੱਲ ਛੱਡੋ ਵੀ ਇੰਨਾ ਕੈਲਕੂਲੇਟਰ ਹੀ ਨਹੀਂ ਕਿਸੇ ਕੋਲ ਹੋਣਾ ਕਿ ਆ ਤੁਸੀਂ ਬੇਕਦਰੀ ਤੁਸੀਂ ਦੇਖ ਸਕੋ ਕਿ ਪਾਣੀ ਦੀ ਬੇਕਦਰੀ ਕਿੰਨੀ ਆ ਤੇ ਪਾਣੀ ਦੀ ਪੰਜਾਬ ਚ ਕੋਈ ਕਮੀ ਨਹੀਂ ਹੈਗੀ ਸਿਰਫ ਅਸੀਂ ਆਪਣੀ ਬੇਕਦਰੀ ਖਤਮ ਕਰਦੀ ਹੈ ਨਾ ਉਹਨਾਂ ਨੂੰ ਤਰੀਕੇ ਦੇ ਨਾਲ ਇਸਤੇਮਾਲ ਕਰਨਾ ਸ਼ੁਰੂ ਕਰਦੀ ਹੈ ਤਾਂ ਪਾਣੀ ਦਾ ਲੈਵਲ ਹੋਲੀ ਹੋਲੀ ਕਰਕੇ ਆਪਣੇ ਆਪ ਵਧਣਾ ਸ਼ੁਰੂ ਹੋ ਰਿਹਾ ਹੈ ਕੁਦਰਤ ਸਾਨੂੰ ਜਿੱਦਾਂ ਅੱਜ ਤੋਂ 5000 ਸਾਲ ਪਹਿਲੇ ਪਾਣੀ ਦੇ ਰਹੀ ਸੀਗੀ بارش ਦੇ ਰੂਪ ਦੇ ਵਿੱਚ ਅੱਜ ਵੀ ਓਨਾ ਹੀ ਦੇ ਰਹੀ ਹੈ ਸਿਰਫ ਅਸੀਂ ਹੀ ਉਰੀ ਬੇਕਦਰੀ ਕਰ ਕਰਕੇ ਪਾਣੀ ਦਾ ਲੈਵਲ ਥੱਲੇ ਕਰ ਰਹੇ ਹਾਂ ਰੱਬ ਵੱਲੋਂ ਕੋਈ ਕਮੀ ਨਹੀਂ ਰੱਬ ਦੀ ਸਪਲਾਈ ਅੱਜ ਵੀ ਉਨੀ ਚੱਲ ਰਹੀ ਜਿੰਨੀ 5000 ਸਾਲ ਪਹਿਲੇ ਚੱਲ ਰਹੀ ਸੀ ਸਿਰਫ ਸਾਨੂੰ ਹੀ ਥੋੜਾ ਸੋਚਣਾ ਪਊਗਾ ਵੀ ਇਸ ਚੀਜ਼ ਦੀ ਬੇਗਦਰੀ ਨਾ ਕਰੀਏ ਮੈਂ ਅਹੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਗਾ ਬਸ ਸਿਰਫ ਉਹਨੂੰ ਥੋੜਾ ਸੋਚ ਸਮਝ ਕੇ ਪਾਣੀ ਦਾ ਇਸਤੇਮਾਲ ਕਰੋ ਸਾਡੇ ਪੁਸ਼ਤਾ ਕੇ ਸਾਡਾ ਪਤਾ ਨਹੀਂ ਕਦੀ ਵੀ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੀ ਤੱਤੇ ਦੇ ਵਿੱਚ ਪਾਣੀ ਖਤਮ ਨਹੀਂ ਹੋਏਗਾ ਵੀ ਉਹਨੂੰ ਸਿਰਫ ਸੋਚ ਸਮਝ ਕੇ ਉਹਨੂੰ ਇਸਤੇਮਾਲ ਕਰਨਾ ਸ਼ੁਰੂ ਕਰੋ ਧੰਨਵਾਦ ਤਾਂ ਬਿਲਕੁਲ ਇੱਕ ਵਾਰ ਤਸਵੀਰਾਂ ਤੁਹਾਨੂੰ ਫਿਰ ਤੋਂ ਦਿਖਾ ਦਿੰਨੇ ਹਾਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਵਾਟਰ ਫਿਲਟਰ ਹੈ ਉਸ ਦੇ ਨਾਲ ਜਿਹੜਾ ਕਿ ਇੱਕ ਟੈਂਕੀ ਨੂੰ ਇੰਸਟਾਲ ਹੈ ਜਿਹੜਾ ਕਰ ਦਿੱਤਾ ਗਿਆ ਜਿਹੜਾ ਵੇਸਟ ਪਾਣੀ ਆ ਉਹ ਸਾਰਾ ਇਸ ਟੈਂਕੀ ਦੇ ਵਿੱਚ ਸਟੋਰ ਹੁੰਦਾ ਤਾਂ ਉਹ ਹੀ ਪਾਣੀ ਜਿਹੜਾ ਕਿ ਟੂਟੀ ਦੇ ذریعے ਜਿਵੇਂ ਬਰਤਨ ਮੰਜਨੇ ਹੋਣ ਜਾਂ ਫਿਰ ਘਰ ਦੇ ਹੋਰ ਕਈ ਸਾਰੇ ਜਿਹੜੇ ਕੰਮ ਨੇ ਜਿਵੇਂ ਆਪਾਂ ਪਾਣੀ ਪਾਣੀ ਨਾਲ ਕਰਦੇ ਆ ਤਾਂ ਉਹ ਇਸ ਵੇਸਟ ਪਾਣੀ ਦੇ ਨਾਲ ਕੀਤੇ ਜਾ ਸਕਦੇ ਨੇ ਤਾਂ ਬਹੁਤ ਸਾਰੀਆਂ ਖਬਰਾਂ ਆਮ ਤੌਰ ਤੇ ਦੀ ਸੋਸ਼ਲ ਮੀਡੀਆ ਤੇ ਦੇਖਦੇ ਆਂ ਵਾਇਰਲ ਕਰਦੇ ਆਂ ਪਰ ਇਸ ਖਬਰ ਨੂੰ ਵਾਇਰਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜਿਹੜਾ ਉਪਰਾਲਾ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਸਲਾਂਗਾ ਜੋਗ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਤਾਂ ਇਕੱਲੇ ਲੱਗੇ ਹੋਏ ਨੇ ਇਸ ਕੰਮ ਨੂੰ ਲੈ ਕੇ ਕਿਉਂਕਿ ਪਾਣੀ ਦੀ ਜੇਕਰ ਗੱਲ ਕਰੀਏ ਤਾਂ ਸਰਕਾਰਾਂ ਵੀ ਗੰਭੀਰ ਨੇ ਲਗਾਤਾਰ ਪਾਣੀਆਂ ਦਾ ਪੱਧਰ ਹੈ ਜਿਹੜਾ ਕਿ ਚਾਹੇ ਧਰਤੀ ਦੇ ਉੱਪਰਲੇ ਦੀ ਗੱਲ ਕਰੀਏ ਜਾਂ ਫਿਰ ਧਰਤੀ ਹੇਠਲੇ ਪਾਣੀ ਦੀ ਗੱਲ ਕਰੀਏ ਤਾਂ ਪੱਧਰ ਹੈ ਪਾਣੀ ਦਾ ਲਗਾਤਾਰ ਘਟਦਾ ਜਾ ਰਿਹਾ ਜਿੱਥੇ ਸਰਕਾਰਾਂ ਚਿੰਤਾ ਦੇ ਵਿੱਚ ਨੇ ਲੋਕ ਵੀ ਚਿੰਤਾ ਦੇ ਵਿੱਚ ਨੇ ਪਰ ਇਸ ਨੂੰ ਲੈ ਕੇ ਅਵੇਅਰਨੈਸ ਬਹੁਤ ਘੱਟ ਜਿਹੜੀ ਕਿ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਸ਼ੇਅਰ ਕਰੋ ਤਾਂ ਜੋ ਲੋਕ ਇਸ ਦੇ ਬਾਰੇ ਜਾਣਕਾਰੀ ਹਾਸਲ ਕਰ ਸਕਣ ਤੇ ਨਾਲ ਦੀ ਨਾਲ ਅਜਿਹੀਆਂ ਟੈਂਕੀਆਂ ਆਪਣੇ ਘਰਾਂ ਦੇ ਵਿੱਚ ਲਗਾਉਣ ਜਿੱਥੇ ਇਹਨਾਂ ਦੇ ਵੱਲੋਂ ਤਾਂ ਉਪਰਾਲਾ ਕੀਤਾ ਜਾ ਰਿਹਾ ਫ੍ਰੀ ਦੇ ਵਿੱਚ ਜਿਹੜੀ ਕਿ ਟੈਂਕੀ ਹੈ ਇੰਸਟਾਲ ਹੈ ਜਿਹੜੀ ਕੀਤੀ ਜਾ ਰਹੀ ਹੈ ਤਾਂ ਤੁਸੀਂ ਇਹਨਾਂ ਨਾਲ ਵੀ ਕੰਟੈਕਟ ਕਰ ਸਕਦੇ ਹੋ ਕੁਮਾਰ ਮੰਡੀ ਦੇ ਵਿੱਚ ਇਹਨਾਂ ਦੀ ਸ਼ੋਪ ਹੈ ਤੁਸੀਂ ਉੱਥੇ ਆ ਕੇ ਵੀ ਉਹਨੂੰ ਮਿਲ ਸਕਦੇ ਹੋ ਤਾਂ ਫ੍ਰੀ ਦੇ ਵਿੱਚ ਜਿਹੜੀ ਕਿ ਟੈਂਕੀ ਚੋਲ ਕਰਦੇ ਨੇ ਤਕਰੀਬਨ 2000 ਦਾ ਜਿਹੜਾ ਖਰਚਾ ਇੱਕ ਟੈਂਕੀ ਤੇ ਆ ਜਾਂਦਾ ਤਾਂ ਹੁਣ ਤੱਕ ਜਿਹੜੀਆਂ ਕਿ 92 ਟੈਂਕੀਆਂ ਨੇ ਲਗਾ ਚੁੱਕੇ ਨੇ ਤਾਂ ਲੱਖਾਂ ਲੀਟਰ ਕਰੋੜਾਂ ਲੀਟਰ ਜਿਹੜਾ ਕਿ ਪਾਣੀ ਹੁਣ ਤੱਕ ਬਚਾ ਚੁੱਕੇ ਨੇ ਤਾਂ ਸਾਨੂੰ ਵੀ ਚਾਹੀਦਾ ਹੈ ਪਾਣੀ ਨੂੰ ਬਚਾਉਣ ਦੇ ਲਈ ਆਪਣਾ ਵੀ ਜਿਹੜਾ ਕਿ ਯੋਗਦਾਨ ਉਹ ਜ਼ਰੂਰ ਪਾਣਾ ਪਾਣਾ ਚਾਹੀਦਾ ਹੈ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਨਿਕ ਸਵੇਰਾ ਲੁਧਿਆਣਾ